ਮੈਂ ਭਗਵਤ ਨਿੱਕਾ ਕੌਂਸਲਰ ਵਾਰਡ ਨੰਬਰ 2 ਅਤੇ ਪ੍ਰਧਾਨ ਪ੍ਰਾਚੀਨ ਸ਼ਿਵ ਮੰਦਰ ਕਮੇਟੀ ਪਾਤਰਾਂ ਦੀਪਾਵਲੀ ਦੀਆਂ ਅਤੇ ਵਿਸ਼ਕੁਰਾਂ ਡੇ ਦੀਆਂ ਸੋ ਵਾਰਡ ਨਿਵਾਸੀਆਂ ਨੂੰ, ਇਲਾਕਾ ਨਿਵਾਸੀਆਂ ਨੂੰ, ਸ਼ਹਿਰ ਨਿਵਾਸੀਆਂ ਨੂੰ, ਪੰਜਾਬ ਨਿਵਾਸੀਆਂ ਨੂੰ ਲੱਖ ਲੱਖ ਵਧਾਈਆਂ ਦਿੰਦੇ ਹਾਂ ਅਤੇ ਭੋਲੇਨਾਥ ਦੇ ਪਾਵਨ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਕਿ ਇਸੇ ਤਰ੍ਹਾਂ ਸਾਡੇ ਸ਼ਹਿਰ ਨਿਵਾਸੀਆਂ ਅਤੇ ਸਾਡੇ ਇਲਾਕਾ ਨਿਵਾਸੀਆਂ 'ਤੇ ਮਿਹਰ ਭਰਿਆ ਹੱਥ ਰੱਖਣਾ ਤਾਂ ਕਿ ਜੋ ਦੀਪਾਵਲੀ ਹੈ ਸਭ ਦੇ ਘਰ ਖੁਸ਼ੀ ਨਾਲ ਮਨਾਈ ਜਾਵੇ। ਅਤੇ ਇਸ ਤੋਂ ਮੈਂ ਅਪੀਲ ਕਰਦਾ ਕਿ ਦੀਪਾਵਲੀ ਵਾਲੇ ਦਿਨ ਜੋ ਕਿ ਧੂੰਏ ਵਾਲੇ ਪਟਾਕਿਆਂ ਦੀ ਘੱਟ ਤੋਂ ਘੱਟ ਵਰਤੋਂ ਕੀਤੀ ਜਾਵੇ ਤਾਂ ਕਿ ਪ੍ਰਦੂਸ਼ਣ ਨਾਲ ਬਹੁਤ ਬਿਮਾਰੀਆਂ ਫੈਲਦੀਆਂ ਨੇ, ਜਿਵੇਂ ਕਿ ਬਹੁਤ ਘਰਾਂ ਦੇ ਵਿੱਚ ਬੱਚਿਆਂ ਨੂੰ ਦਿੱਕਤ ਆਉਂਦੀ ਹੈ। ਸੋ ਆਪਾਂ ਗ੍ਰੀਨ ਦੀਵਾਲੀ ਬਣਾਈਏ, ਵੱਧ ਤੋਂ ਵੱਧ ਘਰ ਘਰ ਬੂਟੇ ਲਾਈਏ, ਘਰ ਘਰ ਦਰਖਤ ਲਾਈਏ, ਖਾਲੀ ਜਗ੍ਹਾਵਾਂ ਦੇ ਵਿੱਚ ਦਰਖਤ ਲਾਈਏ। ਇਹੀ ਦਰਖਤਾਂ ਨੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਬੱਚਿਆਂ ਨੂੰ, ਆਪਣੇ ਵਾਲੀ ਪੀੜ੍ਹੀ ਨੂੰ, ਤਾਂ ਕਿ ਉਹ ਤੰਦਰੁਸਤ ਰਹਿਣ। ਇਹੀ ਮਨੋਕਾਮਨਾ ਭੋਲੇਨਾਥ ਦੇ ਚਰਨਾਂ ਦੇ ਵਿੱਚ ਇਹੀ ਬੇਨਤੀ ਕਰਦੇ ਹਾਂ ਕਿ ਇਹ ਤਿਉਹਾਰ ਸਭ ਲਈ ਖੁਸ਼ੀਆਂ ਭਰਿਆ ਹੋਵੇ ਅਤੇ ਸਭ ਨੂੰ ਇਸ ਤਿਉਹਾਰ ਦੀਆਂ ਲੱਖ ਲੱਖ ਵਧਾਈਆਂ। ਮੈਂ ਇੱਕ ਵਾਰੀ ਫੇਰ ਦੁਬਾਰਾ ਸਮੂਹ ਸ਼ਹਿਰ ਇਲਾਕਾ ਅਤੇ ਵਾਰਡ ਪਾਤਰਾਂ ਨਿਵਾਸੀਆਂ ਨੂੰ ਦੁਬਾਰਾ ਫੇਰ ਦੀਪਾਵਲੀ ਦੀਆਂ ਅਤੇ ਵਿਸ਼ਕਰਮੀ ਦੀਆਂ ਲੱਖ ਲੱਖ ਵਧਾਈਆਂ।